सत श्री अकाल, की हाल चाल ने सारे? ठीक ठाक हो गए? आप जी रिएक्शन वीडियो लैके आए हैं, वो वरिंदर बराड़ बाई का सौग आया वा ठा। तो चलो देखते हैं सौग, वीडियो शुरू तो लैके एंड तक जरूर देखियो, बाकी गल आप करते पहले देखते हैं सौग। पतंदर की वीडियो इन्नी घेंट होंगी ना कि मतलब पुराने जे स्टाइल की वीडियो होंगी है, जिदा मतलब पहले चलता है ना लावे का फोन फड़िया बटन आला, तो बस वे लो कि टुटी जी इदा तो फिल हों। लुक बड़ी जबरदस्त लगन दी। जट पिस्टल यारी यार रोंद कुड़े नी मेरी एना बिना किथे होंद कुड़े ऐसे ता किसे नाल साइन नहीं तू कर ले करना बोंड कुड़े साडे उत्ते केसा दे कोई मरदे ना गवाह बलिया साडी जिंदगी ठा बलिए नी सानू एरे गेरे दी नी परवाह बलिए साडी जिंदगी ठा बलिए नी सानू एरे गेरे दी नी परवाह बलिए। यार सच्ची म्यूजिक बहुत ज़्यादा घेंट लग रहा, तो वरिंदर बराड़ बाई ने जोड़े लिरिक्स लिखे आ बहुत घेंट आ, वीडियो भी बहुत घेंट लग रही, मतलब सुनने से कुछ फील आ रहा कि हाँ यार कुछ सुन रहा। ਜਿਹੜੇ ਲੀਡਰਾਂ ਵਾਂਗੂ ਕਰਦੀ ਐ ਤੂੰ ਸਾਰੇ ਵਾਦੇ ਸਮਝਾਂ ਮੈਂ ਟੇੜੇ ਵਾਂਗ ਸ਼ਕੀਰਾ ਕਰਦੀ ਐ ਤੂੰ ਲੱਕਦੇ ਹੁਲਾਰੇ ਸਮਝਾਂ ਮੈਂ ਸਾਨੂੰ ਵਾਰ ਦਾ ਪਤਾ ਏ ਕੁੱਟ ਮਾਰ ਦਾ ਪਤਾ ਏ ਸਾਨੂੰ ਪਤਾ ਨਹੀਂ ਐ ਪਿਆਰ ਕਿਹਨੂੰ ਕਹਿੰਦੇ ਆ ਸਾਨੂੰ ਯਾਰ ਦਾ ਪਤਾ ਏ ਹਥਿਆਰ ਦਾ ਪਤਾ ਏ ਹੋਇਆ ਅੱਖ ਦਾ ਸ਼ਿਕਾਰ ਕਿਹਨੂੰ ਕਹਿੰਦੇ ਆ ਆਉਣਾ ਏ ਤੇ ਆ ਜਾ ਨਹੀਂ ਤੇ ਢੱਠੇ ਖੂਹ ਵਿੱਚ ਜਾ ਬੱਲੀਏ ਸਾਡੀ ਜ਼ਿੰਦਗੀ ਏ ਠਾ ਬੱਲੀਏ ਨਹੀਂ ਸਾਨੂੰ ਕਹਿੰਦਾ ਆਉਣਾ ਤੇ ਆ ਜਾਣੇ ਤੇ ਢੱਠੇ ਖੂਹ ਦੇ ਵਿੱਚ ਜਾ ਬੱਲੀਏ। ਕਿਆ ਬਾਤ, ਮਤਲਬ ਸਿਰਾ ਬਹੁਤ ਇੱਕ ਜੈਨੂਇਨ ਜਿਹੀ ਚੀਜ਼ ਬੋਲੀ ਬਾਈ ਨੇ ਗਾਣੇ ਦੇ ਵਿੱਚ, ਮਤਲਬ ਇਹ ਚੀਜ਼ ਆਪਾਂ ਬੋਲਦੇ ਜਾ ਆਪਣੇ ਮਰ ਢੱਠੇ ਖੂਹ ਜਾ, ਉਹ ਚੀਜ਼ ਗਾਣੇ ਦੇ ਵਿੱਚ ਲਿਆਂਦੀ ਘੈਂਟ ਲੱਗੀ। ਮਜ਼ਾਕ ਨਹੀਂ, ਵਰਿੰਦਰ ਬੜਾ ਬਾਈ ਬਹੁਤ ਘੈਂਟ ਲਿਰਿਕਸ ਲਿਖਦਾ, ਜਿੱਦਾਂ ਸਿੱਧੂ ਮੂਸੇ ਵਾਲੇ ਬਾਈ ਦੇ ਲਿਰਿਕਸ ਹੁੰਦੇ ਸੀ ਨਾ, ਉੱਦਾਂ ਦੇ ਬਾਈ ਦੇ ਲਿਰਿਕਸ ਹੁੰਦੇ ਆ, ਅਤੇ ਬੜੇ ਚਿਰ ਬਾਅਦ ਬਾਈ ਦਾ ਸੌਂਗ ਆਇਆ ਬੜਾ। ਛੱਲੇ 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 ਨੀ ਬੜਾ ਇਕੱਠ ਕਰ ਜਾਂਗੇ ਨੀ ਜਦੋਂ ਯਾਰ ਦੁਨੀਆ ਤੋਂ ਚੱਲੇ ਨੀ ਖਰੇ ਖਰੇ ਨਾਲ ਰੱਖਿਆ ਨੀ ਦੂਰ ਰੱਖੇ ਆਪਾਂ ਥੱਲੇ ਦੂਰ ਰੱਖੇ ਆਪਾਂ ਥੱਲੇ ਰਿਲੇਸ਼ਨਾਂ ਦੇ ਵਿੱਚ ਬਹੁਤਾ ਰਹਿੰਦੇ ਨੀ ਏ ਮਹਿਫਲਾਂ ਦੇ ਵਿੱਚ ਜ਼ਿਆਦਾ ਰਹਿੰਦੇ ਆ ਪੈਸੇ ਧੇਲੇ ਦਾ ਹਿਸਾਬ ਬਹੁਤਾ ਕਰਦੇ ਨੀ ਪਰ ਵੈਰੀ ਤੋਂ ਹਿਸਾਬ ਪੂਰਾ ਲੈਂਦੇ ਆ ਜੇ ਤੇਰੀ ਅੱਖਾਂ 'ਚ ਨਸ਼ਾ ਏ ਸਾਡੇ ਕੱਪਾਂ 'ਚ ਗੁੜੇ ਤੇਰੀ ਅੱਖਾਂ 'ਚ ਬਰੂਦ ਸਾਡੇ ਡੱਬਾਂ 'ਚ ਗੁੜੇ ਤੈਨੂੰ ਚਾਹੁੰਦੀ ਆ ਪਸੰਦ ਸਾਨੂੰ ਪੱਤਲ ਕੁੜੇ ਜੇ ਚੱਲ ਲੇਗੀ ਠੀਕ ਆ ਨਹੀਂ ਤਾਂ ਨਿਕਲ ਕੁੜੇ ਉਂਗਲ ਜਿਹੜਾ ਕਰਦਾ ਉਹਨੂੰ ਹੁਣ ਗਿਫਟ 'ਚ ਦਿੰਦੇ ਵਾਂ ਬੱਲੀਆ ਸਾਡੀ ਜ਼ਿੰਦਗੀ ਠਾ ਬੱਲੀਏ ਨੀ ਸਾਨੂੰ ਏਰੇ ਗੇਰੇ ਦੀ ਨੀ ਪਰਵਾਹ ਬੱਲੀਏ ਸਾਡੀ ਜ਼ਿੰਦਗੀ ਠਾ ਬੱਲੀਏ ਨੀ ਸਾਨੂੰ ਏਰੇ ਗੇਰੇ ਦੀ ਨੀ ਪਰਵਾਹ ਬੱਲੀਏ ਇਹੋ ਜੀ ਸ਼ਰੀਫ ਦੁਨੀਆ 'ਚ ਅਸੀਂ ਵਿਗੜੇ ਚੰਗੇ ਆ ਪਰ ਅਸੀਂ ਕਿਸੇ ਤੋਂ ਜੈਲਸ ਕਰਦੇ ਨਹੀਂ ਬੇਬੇ ਨੂੰ ਕਿਹਾ ਸੀ ਗਰੀਬ ਜੰਮੇ ਜ਼ਰੂਰ ਆ ਪਰ ਗਰੀਬ ਮਰਦੇ ਨਹੀਂ ਬਾਪੂ ਦੇ ਕਹਿਣ ਤੇ ਸਾਲਾਂ 26 'ਚ ਵੱਡੀ ਕੋਠੀ ਨਾਲ ਖੜੀ ਗੱਡੀ ਕਰਤੀ ਆ ਜ਼ਿੰਦਗੀ ਲੰਬੀ ਜੀਨੇ ਕਾ ਕੋਈ ਸ਼ੌਂਕ ਨਹੀਂ ਹਮੇ ਜਿੰਨੀ ਕੁ ਮਿਲੀ ਉਹੀ ਵੱਡੀ ਕਰਤੀ ਆ ਉਹੀ ਵੱਡੀ ਕਰਤੀ ਆ ਸਾਡੀ ਜ਼ਿੰਦਗੀ ਠਾ ਜਿੰਨੀ ਕੁ ਜ਼ਿੰਦਗੀ ਮਿਲੀ ਆ ਉਹੀ ਲੰਮੀ ਕਰਤੀ ਆ ਘੈਂਟ ਯਾਰ ਸੱਚੀ ਉਹ ਇੱਦਾਂ ਦੀ ਜ਼ਿੰਦਗੀ ਜੀਓ ਭਾਵੇਂ ਥੋੜ੍ਹਾ ਸਮਾਓ ਜੱਗ 'ਤੇ ਮਗਰ ਇੱਦਾਂ ਦਾ ਨਾ ਕਰਕੇ ਜਾਓ ਕਿ ਹਾਂ ਯਾਰ ਬੰਦਾ ਆਇਆ ਸੀ ਬਾਈ ਸਿੱਧੂ ਮੂਸੇਵਾਲਾ ਭਾਵੇਂ ਜੀਆ ਅਤੇ 29 ਸਾਲ ਆ ਮਗਰ ਜ਼ਿੰਦਗੀ ਉਹ ਇਹੋ ਜਿਹੀ ਜੀ ਗਿਆ ਮਤਲਬ 100 ਸਾਲ ਤੋਂ ਵੀ ਮਤਲਬ ਉਹ ਬੰਦੇ ਨਾਂ ਹੀ ਮੈਨੂੰ ਲੱਗਦਾ ਹਮੇਸ਼ਾ ਗੂੰਜਦਾ ਰਹੂਗਾ ਉਹ ਬੰਦਾ ਮਰਨ ਵਾਲਿਆਂ 'ਚੋਂ ਨਹੀਂ ਆ ਉਹ ਅਮਰ ਹੋ ਗਿਆ ਸੱਚੀ ਅਮਰ ਹੋ ਗਿਆ ਉੱਦਾਂ ਦੀ ਜ਼ਿੰਦਗੀ ਜੀ ਕੇ ਜਾਓ ਜਿੰਨੇ ਵੀ ਜੀਣੀ ਬਾਈ ਇਹੋ ਜਿਹਾ ਕੁਛ ਕਰੋ ਜ਼ਿੰਦਗੀ 'ਚ ਵੱਖਰਾ ਕਰੋ ਮਾਂ ਪਿਓ ਦਾ ਨਾਂ ਰੌਸ਼ਨ ਕਰੋ ਤਰੱਕੀਆਂ ਕਰੋ ਬਾਕੀ ਤੁਸੀਂ ਦੱਸਿਓ ਤੁਹਾਨੂੰ ਇਹ ਸੌਂਗ ਕਿੱਦਾਂ ਦਾ ਗਾ ਵਧੀਆ ਲੱਗਾ ਤਾਂ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਮੈਨੂੰ ਬਹੁਤ ਪਿਆਰਾ ਸੌਂਗ ਲੱਗਾ ਜੈਨੂਇਨ ਜਿਹੀਆਂ ਚੀਜ਼ਾਂ ਬੋਲੀਆਂ ਬਾਈ ਨੇ ਉਹ ਚੀਜ਼ਾਂ ਘੈਂਟ ਸੀ ਬਾਕੀ ਵਰਿੰਦਰ ਬਰਾੜ ਬਾਈ ਵੱਖਰਾ ਲਿਖਦਾ ਵੱਖਰੀ ਕਲਮ ਆ ਵੱਖਰਾ ਹੀ ਭਾਉ ਤੁਰਦਾ ਵਾ ਕੋਈ ਇਹਦਾ ਸਮਾਂ ਨਹੀਂ ਕਦੋਂ ਗਾਣਾ ਆਉਣਾ ਅਤੇ ਬਾਕੀ ਮਿਲਦੇ ਹਾਂ ਜਲਦੀ ਨੈਕਸਟ ਵੀਡੀਓ 'ਚ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ।